ਵਾਹਿਗੁਰੂ ਜੀ ਅੱਜ ਆਪਾਂ ਗੱਲ ਕਰਨੀ ਹੈ ਜੇ ਅਸਲ ਦੇ ਵਿੱਚ ਕ੍ਰੈਡਿਟ ਕਾਰਡਸ ਵਰਕ ਕਿਦਾਂ ਕਰਦੇ ਨੇ ਜਦੋਂ ਵੀ ਬੰਦਾ ਨਵਾਂ ਆਉਂਦਾ ਲੈਟਸ ਸੇ ਕੈਨੇਡਾ ਦੇ ਵਿੱਚ ਨਵਾਂ ਬੰਦਾ ਆਇਆ ਤੇ ਉਹਨੂੰ ਇਹ ਨਹੀਂ ਪਤਾ ਹੁੰਦਾ ਫਰਸਟ ਆਫ ਆਲ ਵੀ ਕ੍ਰੈਡਿਟ ਕਾਰਡ ਅਸਲ ਦੇ ਵਿੱਚ ਹੁੰਦਾ ਕੀ ਆ ਸੋ ਕ੍ਰੈਡਿਟ ਕਾਰਡ ਇੱਕ ਬੈਂਕ ਤੁਹਾਨੂੰ ਲਿਮਿਟ ਦੇ ਦਿੰਦੀ ਹੈ ਜਿਹਦੇ ਵਿੱਚ ਤੁਸੀਂ ਪੈਸੇ ਯੂਜ਼ ਕਰ ਸਕਦੇ ਹੁੰਦੇ ਹੋ ਫ੍ਰੀ 21 ਦਿਨਾਂ ਵਾਸਤੇ ਤੇ ਕਈ ਕ੍ਰੈਡਿਟ ਕਾਰਡਸ ਤੁਹਾਨੂੰ 30 ਦਿਨਾਂ ਵਾਸਤੇ ਵੀ ਫ੍ਰੀ ਯੂਜ਼ ਕਰਨ ਦੇ ਦਿੰਦੇ ਆ ਉਹ ਤੋਂ ਬਾਅਦ ਤੁਹਾਡੇ ਤੇ ਇੰਟਰਸਟ ਰੇਟ ਲੱਗਦਾ ਹੁੰਦਾ ਜਿੰਨੇ ਪੈਸੇ ਤੁਸੀਂ ਯੂਜ਼ ਕੀਤੇ ਹੁੰਦੇ ਆ ਜੇ ਇਹ ਗ੍ਰੇਸ ਪੀਰੀਅਡ ਦੇ ਵਿੱਚ ਤੁਸੀਂ ਪੈਸੇ ਵਾਪਸ ਕਰ ਦਿੰਦੇ ਹੋ ਬੈਂਕ ਨੂੰ ਜਿਹੜੇ ਤੁਸੀਂ ਬੈਂਕ ਦੇ ਯੂਜ਼ ਕੀਤੇ ਹੁੰਦੇ ਤਾਂ ਤੁਹਾਨੂੰ ਕੋਈ ਇੰਟਰਸਟ ਨਹੀਂ ਪੈਂਦਾ ਹੁਣ ਇਹਦੇ ਵਿੱਚ ਇੱਕ ਕੈਚ ਹੁੰਦਾ ਵਾ ਕਿਉਂਕਿ ਆਪਾਂ ਚੇਤੇ ਨਹੀਂ ਰੱਖਦੇ ਹੈਗੇ ਵੀ ਇਹਦੀਆਂ ਮਿਨੀਮਮ ਪੇਮੈਂਟਸ ਵੀ ਆਉਣੀਆਂ ਨੇ 21 ਦਿਨਾਂ ਬਾਅਦ ਤੁਸੀਂ ਮਿਨੀਮਮ ਪੇਮੈਂਟ ਕਰਨੀ ਹੁੰਦੀ ਹੈ ਜੇ ਤੁਸੀਂ ਫੁੱਲ ਅਮਾਊਂਟ ਨਹੀਂ ਪੇ ਕਰਦੇ ਜੇ ਫੁੱਲ ਅਮਾਊਂਟ ਨਹੀਂ ਪੇ ਕੀਤੀ ਤਾਂ ਮਿਨੀਮਮ ਪੇਮੈਂਟ ਜਿਹੜੀ ਆ ਤੁਹਾਡੇ ਕਾਰਡ ਦੀ ਸਟੇਟਮੈਂਟ ਤੇ ਸ਼ੋਅ ਕਰਨੀ ਆ ਉਹ ਤੁਸੀਂ ਪੇ ਕਰਨ ਹੁਣ ਜੇ ਤੁਸੀਂ ਉਹ ਮਿਨਿਮਮ ਪੇਮੈਂਟ ਨਹੀਂ ਪੇ ਕਰਦੇ ਤਾਂ ਇਹਦਾ ਕੀ ਕੀ ਹੋ ਸਕਦਾ ਜਿਹੜਾ ਕ੍ਰੈਡਿਟ ਕਾਰਡ ਹੁੰਦਾ ਵੋ ਇੱਕ ਬੰਦੇ ਦੀ ਇੱਕ ਪ੍ਰੋਫਾਈਲ ਬਣਦੀ ਹੈ ਕ੍ਰੈਡਿਟ ਬਿਊਰੋ ਦੇ ਵਿੱਚ ਤੇ ਉਹ ਕਨੈਕਟਡ ਹੁੰਦੀ ਹੈ ਕ੍ਰੈਡਿਟ ਕਾਰਡਸ ਦੇ ਨਾਲ ਸੋ ਜਦੋਂ ਤੁਸੀਂ ਮਿਨਿਮਮ ਪੇਮੈਂਟ ਲੇਟ ਕਰਦੇ ਹੋ ਤਾਂ ਇਹ ਕ੍ਰੈਡਿਟ ਬਿਊਰੋ ਨੂੰ ਰਿਪੋਰਟ ਹੁੰਦਾ ਤੇ ਉਹਦੇ ਵਿੱਚ ਇਹ ਚੀਜ਼ ਲਿਖੀ ਜਾਂਦੀ ਹੈ ਵੀ ਇਹ ਬੰਦੇ ਨੇ ਇਹ ਪੇਮੈਂਟ ਮਿਸ ਕੀਤੀ ਆ ਸਾਰਾ ਟਰੈਕ ਰੈਕਡ ਤੁਹਾਡਾ ਕ੍ਰੈਡਿਟ ਬਿਊਰੋ ਕੋਲ ਹੁੰਦਾ ਵਾ ਤੇ ਜਦੋਂ ਤੁਸੀਂ ਕੋਈ ਅੱਗੇ ਵੱਡੀ ਪਰਚੇਸ ਕਰਨੀ ਆ ਫੋਰ ਐਗਜ਼ਾਮਪਲ ਤੁਸੀਂ ਘਰ ਲੈਣਾ ਕੋਈ ਮਾਰਗੇਜ ਕਰਾਉਣੀ ਆ ਜਾਂ ਕੋਈ ਇਨ ਦਾਂ ਤੁਹਾਡੀ ਕ੍ਰੈਡਿਟ ਪ੍ਰੋਫਾਈਲ ਪੁੱਲ ਕੀਤੀ ਜਾਂਦੀ ਹੈ। ਉਹਦੇ ਵਿੱਚ ਤੁਹਾਡਾ ਸਕੋਰ ਦਿੱਤਾ ਹੁੰਦਾ। ਜਿਹੜਾ ਸਕੋਰ ਹੁੰਦਾ ਉਹ ਬੇਸਡ ਹੁੰਦਾ ਵਾ ਜੀ ਤੁਸੀਂ ਕਿੰਨੇ ਟਾਈਮ ਤੇ ਪੇਮੈਂਟਸ ਕੀਤੀਆਂ ਨੇ, ਕਿੰਨੀ ਜ਼ਿਆਦਾ ਤੁਹਾਡੀ ਕ੍ਰੈਡਿਟ ਯੂਟਿਲਾਈਜ਼ੇਸ਼ਨ ਹੋਈ ਆ, ਕਿੰਨੀ ਜਲਦੀ ਤੁਸੀਂ ਆਪਣੇ ਪੈਸੇ ਵਾਪਸ ਕੀਤੇ ਹੋਇਆ। ਉਸ ਬੇਸ ਤੇ ਉੱਪਰ ਤੁਹਾਨੂੰ ਕ੍ਰੈਡਿਟ ਸਕੋਰ ਅਸਾਈਨ ਹੁੰਦਾ। ਉਸ ਕ੍ਰੈਡਿਟ ਬੇਸ ਤੇ ਹੀ ਲੈਂਡਰ ਤੁਹਾਨੂੰ ਆਪਣੇ ਪੈਸੇ ਦਿੰਦਾ ਵਾ। ਸੋ ਜੇ ਤੁਸੀਂ ਜ਼ਿਆਦਾ ਵਧੀਆ ਇੰਟਰਸਟ ਰੇਟ ਤੇ ਮੌਰਗੇਜਸ ਲੈਣੀਆਂ ਨੇ ਤੇ ਜਾਂ ਫਿਰ ਤੁਸੀਂ ਅੱਗੇ ਕਹੀ ਲੋਕਸ ਜਾਂ ਕ੍ਰੈਡਿਟ ਲਾਈਨਸ ਲੈਣੀਆਂ ਹੁੰਦੀਆਂ ਦੈਨ ਤੁਹਾਨੂੰ ਇੱਕ ਚੰਗਾ ਕ੍ਰੈਡਿਟ ਸਕੋਰ ਬਹੁਤ ਜ਼ਿਆਦਾ ਹੈਲਪ ਕਰਦਾ ਹੁਣ ਤੁਹਾਨੂੰ ਇਸ ਪੁਆਇੰਟ ਤੱਕ ਕਰਾ ਕੇ ਗੱਲ ਸਮਝ ਆ ਗਈ ਹੋਣੀ ਆ ਵੀ ਕ੍ਰੈਡਿਟ ਸਕੋਰ ਕਿੰਨਾ ਇੰਪੋਰਟੈਂਟ ਹੈਗਾ ਵਾ ਸੋ ਤੁਸੀਂ ਹੁਣ ਆਪ ਦੇਖਣਾ ਵਾ ਵੀ ਤੁਸੀਂ ਇਸ ਕ੍ਰੈਡਿਟ ਸਕੋਰ ਨੂੰ ਕਿੱਦਾਂ ਵਧੀਆ ਰੱਖਣਾ ਵਾ ਤਾਂ ਕਿ ਤੁਸੀਂ ਅੱਗੇ ਇਨ ਫਿਊਚਰ ਦੇ ਵਿੱਚ ਵੈਲਦੀ ਬਣ ਸਕੋ ਜ਼ਿਆਦਾ ਜਾਣਕਾਰੀ ਵਾਸਤੇ ਤੁਸੀਂ ਮੇਰਾ YouTube ਚੈਨਲ ਸਬਸਕ੍ਰਾਈਬ ਕਰ ਸਕਦੇ ਹੋ ਤੇ ਕਮੈਂਟਸ ਕਰਕੇ ਜਰੂਰ ਦੱਸਿਓ ਧੰਨਵਾਦ